ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਬਹੁਤ ਜਿਹੜੇ ਕਿ ਸੁਹਾਗ ਦਾ ਚੂੜਾ ਤਿਆਰ ਕਰਦੇ ਨੇ ਚੰਨਾ ਚੂੜੇ ਦਾ ਜਿਹੜਾ ਕੀ ਤਿਆਰ ਕਰਦਾ ਜਿਹੜਾ ਸੁਹਾਗ ਦਾ ਚੂੜਾ ਜਿਹਦੇ ਕਿ ਬਾਲੀਵੁੱਡ ਦੇ ਜਿਹੜੇ ਕਿ ਸਤਾਰੇ ਜਿਹੜੇ ਫੈਨ ਹੋ ਜਾਂਦੇ ਨੇ ਮੇਰੇ ਕਰਮ ਹੈਗੇ ਨੇ ਵੀ ਕੋਈ ਚੰਗਾ ਪਰਮਾਤਮਾ ਨੇ ਮੈਨੂੰ ਬਖਸ਼ ਹੋਈ ਤੇ ਮੈਂ ਇਸ ਤਰ੍ਹਾਂ ਇਸ ਲੈਣ ਮੇਰੀ ਬਦਲੀ ਹੈ ਤੇ ਮੈਂ ਉਹਨਾਂ ਨੂੰ ਮਿਲਣ ਰਿਹਾ ਜੋ ਮੈਂ ਮਾਧੀ ਦਾ ਦੀਵਾਨਾ ਵੇਖੋ ਏਡੇ ਵੱਡੀਆਂ ਹੀਰੋ ਜਿਹੜੀਆਂ ਮੈਨੂੰ ਮਿਲਦੀਆਂ ਐਸ਼ਵਰਿਆ ਹੈ ਮਮਾਨੀ ਗਦਰ ਵਾਲੀ ਉਹ ਮੇਰੀ ਦੀਵਾਨੀ ਹੈਗੀਆਂ ਕਾਫੀ ਜਣੇ ਮੇਰੇ ਦੀਵਾਨੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਹੀਰੋ ਹੈਗੀਆਂ ਨਵੀਆਂ ਉਹ ਵੀ ਮੇਰੀਆਂ ਦੀਵਾਨੀਆਂ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਚੰਨਾ ਜੀ ਸਾਡੇ ਦਰਸ਼ਕਾਂ ਦੱਸ ਦਿਓ ਗਿਫਟ ਕੀ ਰੱਖਿਆ ਵਾ ਜਿਹੜਾ ਤੁਸੀਂ 28 ਸਾਲ ਤੋਂ ਪਹਿਲੇ ਸਾਂਭ ਕੇ ਰੱਖਿਆ ਵਾ ਕੀ ਗਿਫਟ ਕੀ ਹੈ ਸਪੈਸ਼ਲ ਕੀ ਰੱਖਿਆ ਮਾਂ ਦੀ ਦਿਸ਼ੀ ਜੀ ਵਾਸਤੇ ਉਹ ਜਿਹੜਾ ਮੈਂ ਚੂੜਾ ਬਣਾਇਆ ਨਾ ਉਹ ਤੇ ਕਾਫੀ ਮੈਂ ਮਿਹਨਤ ਲਾਈ ਆ ਉਹਦੇ ਅੰਦਰ ਵਾਇਰਿੰਗ ਇਹੋ ਜੀ ਕੀਤੀ ਆ ਉਹਨੇ ਘੱਟ ਘੱਟ 3-4 ਮਹੀਨੇ ਲੱਗੇ ਨੇ ਸਾਡੇ ਇੱਕ ਦਿਮਾਗ ਦੇ ਨਾਲ ਉਹਦੀ ਸੈਟਿੰਗ ਇਹੋ ਜੀ ਕੀਤੀ ਉਹਦੇ ਵਿੱਚ ਬਲਬ ਤੇ ਕਰੰਟ ਵੀ ਗਾਣੇ ਵੀ ਲੱਗਦੇ ਸ਼ਬਦ ਵੀ ਲਾ ਲਓ ਜੋ ਮਰਜ਼ੀ ਲਾ ਲਓ ਉਹ ਹਰ ਜਣਾ ਨਹੀਂ ਬਣਾ ਸਕਦਾ ਠੀਕ ਹੈ ਜੀ ਉਹ ਚੀਜ਼ ਇੱਕ ਸਪੈਸ਼ਲ ਬਣਾਈ ਜੇ ਉਹ ਜਦੋਂ ਮੈਂ ਕਪਲ ਸ਼ਰਮਾ ਸ਼ੋਅ 'ਚ ਦਵਾਂਗਾ ਨਾ ਜੇ ਜਿਹੜੀਆਂ ਪੁਰਾਣੀਆਂ ਹੀਰੋ ਹੈਗੀਆਂ ਜਾਂ ਹੋਰ ਵੀ ਹੈਗੇ ਨੇ ਉਹ ਮੇਰੇ ਦੀਵਾਨੇ ਬਣ ਜਾਣਗੇ ਵਾਕਈ ਵੀ ਕਿਸੇ ਨੇ 28 ਸਾਲ ਹੋ ਚੱਲੇ ਸਾਂਭੀ ਚੀਜ਼ ਨੂੰ ਜਿਹੜੀ ਅੱਜ ਦੇ ਰਹੇ ਨੇ ਕਿਸ ਤਰ੍ਹਾਂ ਇਹ ਦੀਵਾਨਗੀ ਜਿਹੜੀ ਹੈ ਸ਼ੁਰੂ ਹੋਈ ਅਤੇ ਹੁਣ ਤੱਕ ਤੁਹਾਡੇ ਜਿਹੜੇ ਹੱਥ ਦੇ ਬਣਾਏ ਹੋਏ ਜਿਹੜੇ ਸੁਹਾਗ ਚੂੜੇ ਨੇ ਜਿਹੜੀ ਬਾਲੀਵੁੱਡ ਦੀ ਅਦਾਕਾਰ ਨੇ ਫਿਲਮੀ ਕਿਹੜੇ ਕਿਹੜੇ ਫਿਲਮਾਂ ਵਿੱਚ ਪਾ ਕੇ ਉਹਨਾਂ ਆਪਣਾ ਰੋਲ ਕੀਤਾ ਵਾ ਅਤੇ ਕਿਹਨਾਂ ਨੂੰ ਤੁਸੀਂ ਹੁਣ ਤੱਕ ਵਿਆਹ ਵਿੱਚ ਜਿਹੜਾ ਸੁਹਾਗ ਜਿਹੜਾ ਦੇ ਚੁੱਕੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮਾਧਰੀ ਨੂੰ ਚੂੜਾ ਦਿੱਤਾ ਸੀ ਅਤੇ ਉਹ ਕਾਫੀ ਜਣੇ ਬੈਠੇ ਅਤੇ ਸਲਾਹ ਬਣ ਗਈ ਵੀ ਹੀਰੋ ਨੂੰ ਉਹਨੂੰ ਚੂੜਾ ਘਲਾਓ ਉਹ ਨੰਬਰ 1 ਸੀ ਅਤੇ ਮੈਂ ਸਪੈਸ਼ਲ 22-22 ਚੂੜੀ ਵਾਲਾ ਚੂੜਾ ਘਲਾਇਆ ਸੀ ਉਹਨਾਂ ਨੇ ਫਿਰ ਖਿਲਾਫ ਦੇ ਵਿੱਚ ਚੂੜਾ ਪਾਇਆ ਸੀ ਹੋਰ ਕਿਹੜੀ ਅਹਿਮ ਫਿਲਮੀ ਅਦਾਕਾਰ ਨੇ ਜਿਨ੍ਹਾਂ ਨੂੰ ਚੂੜਾ ਦਿੱਤਾ ਤੁਸੀਂ ਆਪਣੇ ਹੱਥ ਜਿਹੜਾ ਤਿਆਰ ਕਰਕੇ ਇਹ ਮਹਿਮਾਨ ਨੇ ਆਪਣੀ ਬੇਟੀ ਵਾਸਤੇ ਲੈ ਕੇ ਈਸ਼ਾ ਦਿਓਲ ਵਾਸਤੇ ਐਸ਼ਵਰਿਆ ਨੇ ਪਾਇਆ ਸੀ ਆਪਣੇ ਵਿਆਹ 'ਚ ਅਤੇ ਗਦਰ ਫਿਲਮ 'ਚ ਮਨੀਸ਼ਾ ਪਟੇਲ ਨੇ ਹੋਰ ਜਿਹੜੀਆਂ ਨਵੀਆਂ ਫਿਲਮਾਂ ਬਣ ਰਹੀਆਂ ਕੁਲਚਾ ਛੋਲੇ ਹੋਰ ਵੀ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਉਹਨਾਂ 'ਤੇ ਮੈਂ ਸਪੈਸ਼ਲ ਚੂੜਾ ਲੈ ਕੇ ਜਾਂਦਾ ਅਤੇ ਉਹ ਪਾਉਂਦੀਆਂ ਅਤੇ ਬਹੁਤ ਵਧੀਆ ਲੱਗਦਾ ਅਤੇ ਚੰਨਾ ਜੀ ਵੀ ਜਿਹੜੇ ਕਹਿੰਦੇ ਵੀ ਮਹਾਂਦਿਸ਼ ਦੇ ਬਹੁਤ ਦੀਵਾਨੇ ਨੇ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਜਨਮ ਬਣਾਉਂਦੇ ਆ ਰਹੇ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੇ ਉਹ ਕੋਈ ਟਾਈਮ ਪਾ ਕੇ ਨਾ ਜਦੋਂ ਮਾਧਰੀ ਦੇ ਮੇਰੇ ਕੋਲ ਚਿੱਠੀ ਆਈ ਉਹਦੀ ਸਹੇਲੀ ਦਾ ਵਿਆਹ ਸੀ ਅਤੇ ਮੈਂ ਫਿਰ ਸਪੈਸ਼ਲ ਚੂੜਾ ਲੈ ਕੇ ਗਿਆ ਸਾਂ ਅਤੇ ਉਹ ਜਦੋਂ ਚੂੜਾ ਦਿੱਤਾ ਸਾਡਾ ਕੋਈ ਰਿਸ਼ਤੇਦਾਰ ਸੀ ਉਹ ਕਹਿੰਦਾ ਵੀ ਇੱਥੇ ਜਿਹੜਾ ਬੰਬਈ 'ਚ ਆਏ ਗਏ ਕਿ ਨਹੀਂ ਕੁਛ ਗੁਆ ਕੇ ਗਏ ਨੇ ਤਾਂ ਤੂੰ ਕੁਛ ਲੈ ਕੇ ਚੱਲਿਆ ਐਡੀ ਵੱਡੀ ਹੀਰੋ ਨੇ ਤੁਹਾਨੂੰ ਸਪੈਸ਼ਲ ਚਿੱਠੀ ਘਲਾਈ ਅਗਲੇ ਆਟੋਗ੍ਰਾਫ ਲੈਣ ਵਾਸਤੇ ਭੱਜ ਨੱਸ ਕਰਦੇ ਉਹਨਾਂ ਨੂੰ ਫਿਰ ਵੀ ਨਹੀਂ ਮਿਲਦਾ ਅਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਮੈਂ ਉਹਨਾਂ ਦੇ ਘਰ ਗਿਆ ਉਹਨਾਂ ਨੇ ਚੂੜਾ ਦਿੱਤਾ ਅਤੇ ਗੱਲ ਕਰੀਏ ਚੰਨਾ ਜੀ ਸ਼ੁਰੂਆਤ ਕਿਉਂ ਕੀਤੀ ਸੀ ਚੰਨਾ ਜੀ ਨੇ ਸੁਹਾਗ ਦਾ ਚੂੜਾ ਤਿਆਰ ਕਰਨ ਵਿੱਚ ਅਤੇ ਕਿੰਨੀ ਉਮਰ ਸੀ ਜਦੋਂ ਤੁਸੀਂ ਜਿਹੜਾ ਚੂੜਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਮਿਹਨਤ ਕਿੰਨੀ ਕੀਤੀ ਜ਼ਿੰਦਗੀ ਵਿੱਚ ਦੇਖੋ ਮੈਂ 12 ਸਾਲਾਂ ਦਾ ਉਹੀ ਉਮਰ ਹੁੰਦੀ ਖੇਡਣ ਵਾਸਤੇ ਅਸੀਂ ਸਾਡੇ ਘਰ 'ਚ ਗਰੀਬੀ ਬਹੁਤ ਸੀ ਛੋਟੇ ਨੂੰ ਮੈਨੂੰ ਪਾ ਤਾ ਕੰਮ 'ਤੇ ਮਹਾਂਦਿਸ਼ ਨੂੰ ਬੰਬੇ ਦਾ ਜਿਹੜਾ ਤੁਸੀਂ ਸੁਹਾਗ ਦਾ ਚੂੜਾ ਦੀ ਉਮਰ ਚਲ ਗਏ ਸੀ ਅਤੇ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਉਹਨਾਂ ਦਾ ਜਿਹੜਾ ਜਨਮ ਦਿਨ ਜੇ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਹੋ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਸਾਡਾ ਕੋਈ ਰਿਸ਼ਤੇਦਾਰ ਸੀ ਬਜ਼ੁਰਗ ਕਹਿੰਦਾ ਵੇਖੋ ਐਡੀ ਵੱਡੀ ਤੁਹਾਨੂੰ ਹੀਰੋ ਨੇ ਤੁਹਾਨੂੰ ਬੰਬਈ ਸੱਦਿਆ ਅਤੇ ਤੁਸੀਂ ਤਾਂ ਹਰ ਸਾਲ ਜਨਮ ਦਿਨ ਮਨਾਓਗੇ ਤੁਹਾਡਾ ਵੇਖੋ ਕਿੰਨਾ ਨਾਂ ਹੋਏਗਾ ਛੋਟੇ ਦਾ ਕੇਕ ਲਿਆ ਕੇ ਕਰਦਾ ਅੱਜ ਤਾਂ ਮੈਂ 10 ਪਾਉਂਡ ਦਾ ਕੇਕ ਲਿਆ ਕੇ ਜਿੰਨੇ ਵੀ ਕਲਾਕਾਰਾਂ ਨੂੰ ਸੱਦਦਾ ਅਤੇ ਉਹਨਾਂ ਨੂੰ ਪਾਰਟੀ ਕਰੀ ਦੀ ਬਹੁਤ ਵਧੀਆ ਲੱਗਦਾ ਮੈਨੂੰ ਗੱਲ ਕਰੀਏ ਚੰਨਾ ਜੀ ਇੱਕ ਸਧਾਰਨ ਪਰਿਵਾਰ 'ਚ ਜਨਮ ਲਿਆ ਚੰਨਾ ਜੀ ਨੇ ਇੱਕ ਆਮ ਪਰਿਵਾਰ 'ਚ ਜਿੱਥੇ ਕਿ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਅੱਜ ਚੰਨਾ ਚੂੜੇ ਵਾਲਾ ਜਿਹੜਾ ਨਾਂ ਆ ਵਰਲਡ ਫੇਮਸ ਹੋ ਗਿਆ ਦੇਸ਼ਾਂ ਦੇਸ਼ਾਂ 'ਚ ਤੁਹਾਡਾ ਹੱਥ ਦਾ ਬਣਾਇਆ ਜਿਹੜਾ ਸੁਹਾਗ ਚੂੜਾ ਜਾਂਦਾ ਵਾ ਬਾਲੀਵੁੱਡ ਅਦਾਕਾਰ ਦੀ ਗੱਲ ਕਰੀਏ ਬੰਬੇ ਦਾ ਤੁਹਾਡਾ ਨਾਂ ਆ ਅਤੇ ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਤੁਹਾਡਾ ਜ਼ਿਕਰ ਹੁੰਦਾ ਵਾ ਕਿਸ ਤਰ੍ਹਾਂ ਦੇਖਦੇ ਜਦੋਂ ਉੱਥੇ ਤੁਹਾਡਾ ਨਾਂ ਲਿਆ ਜਾਂਦਾ ਕਪਿਲ ਸ਼ਰਮਾ ਦਾ ਵਿਆਹ ਸੀ ਜੋ ਮੈਨੂੰ ਵਿਆਹ 'ਤੇ ਸੱਦਿਆ ਸੀ ਕਪਿਲ ਸ਼ਰਮਾ ਦਾ ਉਹਨੂੰ ਮੈਂ ਵਧਾਈ ਵੀ ਦਿੱਤੀ ਅਤੇ ਕਪਿਲ ਸ਼ਰਮਾ ਕਹਿੰਦੇ ਠੀਕ ਹੈ ਜੀ ਮੈਨੂੰ ਵਧਾਈ ਦਿੱਤੀ ਚੰਨਾ ਜੀ ਬਹੁਤ ਵਧੀਆ ਅਤੇ ਗੱਲਾਂ ਬਾਤਾਂ ਚੱਲ ਪਈਆਂ ਮੈਂ ਜਦੋਂ ਤੁਹਾਡਾ ਨਵਾਂ ਚੈਨਲ ਆਏਗਾ ਨਵਾਂ ਸ਼ੋਅ ਹੋਏਗਾ ਜਦੋਂ ਮਾਧਰੀ ਆਏਗੀ ਤਾਂ ਮੇਰਾ ਜ਼ਿਕਰ ਜ਼ਰੂਰ ਕਰਿਓ ਚੰਨਾ ਜੀ ਕਿੰਨਾ ਕੁ ਮਨ ਨੂੰ ਚੰਗਾ ਲੱਗਾ ਸੀ ਜਦੋਂ ਕਪਿਲ ਸ਼ਰਮਾ ਤੁਸੀਂ ਸ਼ੋਅ ਵੇਖਦੇ ਸੀ ਜਦੋਂ ਸ਼ੋਅ ਵੀ ਤੁਹਾਡਾ ਨਾਂ ਲਿਆ ਗਿਆ ਵੀ ਮਾਧੀ ਦਿਸ਼ ਨੂੰ ਕਿਹਾ ਗਿਆ ਵੀ ਤੁਹਾਡਾ ਇੱਕ ਫੈਨ ਹੈ ਅੰਮ੍ਰਿਤਸਰ ਸਰਦਾਰ ਚੰਨਾ ਚੂੜੇ ਵਾਲਾ ਉਦੋਂ ਮਨ 'ਚ ਕਿੰਨਾ ਕੁ ਚੰਗਾ ਲੱਗਾ ਜਦੋਂ ਵਰਲਡ ਫੇਮਸ ਲੱਖਾਂ ਦੁਨੀਆਂ 'ਚ ਦੇਖਦੀ ਹੋਵੇ ਸ਼ੋਅ ਨੂੰ ਅਤੇ ਤੁਹਾਡਾ ਜ਼ਿਕਰ ਹੋਇਆ ਉਸ 'ਤੇ ਜਦੋਂ ਸ਼ੋਅ ਦੇ ਨਾਂ ਲਿੱਤਾ ਨਾ ਲੁਧਿਆਣੇ ਜਲੰਧਰ ਬੜੀ ਜਿਹੜੀਆਂ ਮੇਰੀਆਂ ਪਾਰਟੀਆਂ ਸੀ ਉਹਨਾਂ ਨੇ ਖੁਦ ਰਾਤ ਨੂੰ ਮੈਨੂੰ 11 ਵਜੇ ਨਾਲ ਫੋਨ ਕੀਤਾ ਚੰਨਾ ਜੀ
ਤੁਹਾਡਾ ਕਪਿਲ ਸ਼ਰਮਾ ਨਾਂ ਲੈ ਰਿਹਾ ਜੇ ਮਾਤਾ ਜੀ ਦੇ ਨਾਂ ਦੇ ਤੁਸੀਂ ਉਹਦਾ ਜਨਮਦਿਨ ਮਨਾ ਰਹੇ ਮੈਂ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਜਿਹੜੇ ਇਹ ਪਤਾ ਨਹੀਂ ਕਿੰਨੇ ਕੁ ਫੋਨ ਮੈਨੂੰ ਆ ਗਏ ਸਭ ਤੋਂ ਵਧੀਆ ਮੈਨੂੰ ਖੁਸ਼ੀ ਹੋਈ ਵੀ ਦੇਖੋ ਆਹ ਵਰਲਡ 'ਚ ਮੇਰਾ ਕਪਿਲ ਸ਼ਰਮਾ ਨੇ ਨਾਂ ਕਰ ਦਿੱਤਾ ਬਹੁਤ ਵਧੀਆ ਇਹ ਗੱਲ ਕਰੀਏ ਸੁਹਾਗ ਦੇ ਚੂੜੇ ਦੀ ਕੀ ਨਾਂ ਹੁੰਦਾ ਸੁਹਾਗ ਦੇ ਚੂੜਿਆਂ ਦਾ ਅਤੇ ਅੱਜ ਕੱਲ੍ਹ ਕੀ ਜਿਹੜਾ ਕੌਣ ਕਿਹੜਾ ਐਡਾ ਸੁਹਾਗ ਦਾ ਚੂੜਾ ਚੱਲਦਾ ਵਾ ਅਤੇ ਜੇ ਗੱਲ ਕਰੀਏ ਕੀ ਨਾਂ ਰੱਖ ਗਏ ਨੇ ਅਤੇ ਮਿਹਨਤ ਕਿੰਨੀ ਲਾਦੀ ਤਿਆਰ ਕਰਨ ਵਿੱਚ ਇਹ ਜਿਹੜਾ ਸਪੈਸ਼ਲ ਚੂੜਾ ਹੁੰਦਾ ਨਾ ਇਹਨੂੰ ਘੱਟੋ ਘੱਟ 3-4 ਦਿਨ ਲੱਗਦੇ ਨੇ ਇਹ ਕੁੰਦਨ ਵਾਲਾ ਕੁੰਦਨ ਰਾਣੀ ਕਲਰ ਜੇ ਇਹਦਾ ਰੰਗ ਬੜੀ ਮੁਸ਼ਕਿਲ ਬਣਾਉਣਾ ਪੈਂਦਾ ਇਹਨਾਂ ਨੂੰ ਧੁੱਪੇ ਨਹੀਂ ਰੰਗਣਾ ਵਾ ਧੁੱਪੇ ਰੰਗਾਂਗੇ ਰੰਗ ਫੇਡ ਹੋ ਜਾਏਗਾ ਇਹਨੂੰ ਛਾਵੇਂ ਰੰਗਣਾ ਪੈਂਦਾ ਤਿਆਰ ਕਿਸ ਤਰ੍ਹਾਂ ਦਾ ਦਰਸ਼ਕਾਂ ਨੂੰ ਦੱਸ ਦਿਓ ਕਿਉਂਕਿ ਹਰ ਇੱਕ ਨੂੰ ਇਹ ਪਤਾ ਨਹੀਂ ਹੁਣ ਵੀ ਇਹ ਤਿਆਰ ਕਿੰਨਾ ਕੁ ਹੁੰਦਾ ਵਾ ਕਿਸ ਤਰ੍ਹਾਂ ਤਿਆਰ ਹੁੰਦਾ ਮਿਹਨਤ ਕਿੰਨੀ ਕੁ ਲੱਗਦੀ ਆ ਇਹਦੇ 'ਚ ਹੁੰਦੀਆਂ 32 ਚੂੜੀਆਂ ਹੁੰਦੀਆਂ ਜੀ ਆਹ ਜਿਹੜਾ ਤੁਸੀਂ ਪਲਾਸਟਿਕ ਦੇਖ ਰਹੇ ਜੀ ਨਾ ਇਹ ਦਿੱਲੀਓਂ ਅਸੀਂ ਦਾਣਾ ਲਈਦਾ ਬੱਦੇ ਅੰਮ੍ਰਿਤਸਰ ਲੈ ਲਈਦਾ ਉੱਪਰ ਮੇਰੇ ਪ੍ਰੈਸ ਲੱਗੀ ਆ ਉਹ ਪੀਸ ਬਣ ਜਾਂਦਾ ਫਿਰ ਉਹਨੂੰ ਰੰਗੀਦਾ ਜੇ ਅਤੇ ਕਟਾਈ ਥੱਲੇ ਕਰੀਦੀ ਜੇ ਡਿਜ਼ਾਇਨਿੰਗ ਵੀ ਥੱਲੇ ਕਰੀਦੀ ਕਿੰਨਾ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੀ ਕਿੰਨਾ ਕੁ ਸਹਿਯੋਗ ਹੈ ਨਾਲ ਜਦੋਂ ਤੁਸੀਂ ਚੂੜਾ ਤਿਆਰ ਕਰਦੇ ਹੋ ਪਰਿਵਾਰ ਵਾਲੇ ਵੀ ਨਾਲ ਤੁਹਾਡੇ ਨਾਲ ਮਿਹਨਤ ਕਰਦੇ ਕਿੰਨਾ ਤੁਸੀਂ ਇਕੱਲੇ ਤਿਆਰ ਕਰਦੇ ਹੋ ਨਹੀਂ ਪਰਿਵਾਰ ਵੀ ਮੇਰਾ ਲੱਗੇ ਰਹਿੰਦੇ ਬੇਟੀ ਵੀ ਹੈਪੀ ਵੀ ਲੱਗਾ ਰਹਿੰਦਾ ਘਰ ਦੇ ਵੀ ਲੱਗੇ ਰਹਿੰਦੇ ਚੰਨਾ ਜੀ ਸੁਪਨਾ ਕੀ ਹੁਣ ਚੰਨਾ ਇਹਦਾ ਕਿਉਂਕਿ ਵਰਲਡ ਫੇਮਸ ਨਾਂ ਹੋ ਚੁੱਕਿਆ ਵਾ ਹਰ ਇੱਕ ਦੇ ਦਿਲਾਂ ਵਿੱਚ ਧੜਕਣ ਬਣ ਚੁੱਕੇ ਹੋ ਕੀ ਹਜੇ ਕੀ ਸੁਪਨਾ ਰਹਿ ਗਿਆ ਚੰਨਾ ਜੀ ਦਾ ਹੁਣ ਇੱਕੋ ਸੁਪਨਾ ਹੈਗਾ ਜਿਹੜਾ ਮੈਂ 28 ਸਾਲ ਹੋ ਚੱਲੇ ਜਿਹੜਾ ਮੈਂ ਮਾਦਰੀ ਹੱਥੇ ਗਿਫਟ ਬਣਾਇਆ ਅਤੇ ਮੈਂ ਮਾਦਰੀ ਨੂੰ ਇਹ ਕਹਿ ਰਿਹਾ ਜੀ ਵੀ ਆਪਣਾ ਜਿਹੜਾ ਗਿਫਟ ਜਿਹੜਾ ਬਹੁਤ ਜਲਦੀ ਮੇਰੇ ਕੋਲ ਲੈ ਲੈਣ ਅਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਜਿਹੜਾ ਮੇਰਾ ਗਿਫਟ ਤੁਹਾਨੂੰ ਮਿਲ ਜਾਏਗਾ ਅਤੇ ਪਰਮਾਤਮਾ ਵੱਲੋਂ ਅਤੇ ਮੇਰੇ ਵੱਲੋਂ ਬਹੁਤ ਵਧੀਆ ਲੱਗੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਅੱਜ ਤੱਕ ਜਿਸ ਸਰਦਾਰ ਜੀ ਨਾਲ ਮਿਲਾਉਣ ਜਾ ਰਹੇ ਹਾਂ ਉਹਨਾਂ ਦਾ ਨਾਂ ਗੁਰਚਰਨ ਸਿੰਘ ਚੰਨਾ ਚੰਨਾ ਚੂੜੇ ਵਾਲਾ ਵਾ ਅਤੇ ਉਹਨਾਂ ਦੇ ਬਣਾਏ ਹੱਥ ਦੇ ਜਿਹੜੇ ਸੁਹਾਗ ਵਾਲੇ ਚੂੜੇ ਨੇ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ 'ਚ ਬੜੇ ਲੋਕ ਫੈਨ ਨੇ ਉੱਥੇ ਹੀ ਬਾਲੀਵੁੱਡ ਦੀ ਅਦਾਕਾਰ ਫਿਲਮੀ ਉਹ ਵੀ ਬੜੇ ਵੱਡੇ ਫੈਨ ਨੇ ਜੇ ਅਸੀਂ ਗੱਲ ਕਰ ਰਹੇ ਹਾਂ ਗੁਰਚਰਨ ਸਿੰਘ ਚੰਨਾ ਚੰਨਾ ਚੂੜੇ ਵਾਲੇ ਨਾਲ ਚੰਨਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਚੰਨਾ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਮੈਂ ਤੁਹਾਡਾ ਵੀ ਸਵਾਗਤ ਕਰਦਾ ਗਰੇਵਾਲ ਜੀ ਤੁਸੀਂ ਮੇਰੇ ਘਰ ਆਏ ਬਹੁਤ ਵਧੀਆ ਲੱਗਾ ਮੈਨੂੰ ਚੰਨਾ ਜੀ ਕਿਸ ਤਰ੍ਹਾਂ ਇਹ ਦੀਵਾਨਗੀ ਜਿਹੜੀ ਹੈ ਸ਼ੁਰੂ ਹੋਈ ਅਤੇ ਹੁਣ ਤੱਕ ਤੁਹਾਡੇ ਜਿਹੜੇ ਹੱਥ ਦੇ ਬਣਾਏ ਹੋਏ ਜਿਹੜੇ ਸੁਹਾਗ ਚੂੜੇ ਨੇ ਜਿਹੜੀ ਬਾਲੀਵੁੱਡ ਦੀ ਅਦਾਕਾਰ ਨੇ ਫਿਲਮੀ ਕਿਹੜੇ ਕਿਹੜੇ ਫਿਲਮਾਂ ਵਿੱਚ ਪਾ ਕੇ ਉਹਨਾਂ ਆਪਣਾ ਰੋਲ ਕੀਤਾ ਵਾ ਅਤੇ ਕਿਹਨਾਂ ਨੂੰ ਤੁਸੀਂ ਹੁਣ ਤੱਕ ਵਿਆਹ ਵਿੱਚ ਜਿਹੜਾ ਸੁਹਾਗ ਜਿਹੜਾ ਦੇ ਚੁੱਕੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮਾਦਰੀ ਨੂੰ ਚੂੜਾ ਦਿੱਤਾ ਸੀ ਅਤੇ ਉਹ ਕਾਫੀ ਜਣੇ ਬੈਠੇ ਅਤੇ ਸਲਾਹ ਬਣ ਗਈ ਵੀ ਹੀਰੋ ਨੂੰ ਇਹਨੂੰ ਚੂੜਾ ਖਿਲਾਓ ਉਹ ਨੰਬਰ 1 ਸੀ ਅਤੇ ਮੈਂ ਫਿਰ ਸਪੈਸ਼ਲ 22 ਚੂੜੀ ਵਾਲਾ ਚੂੜਾ ਖਿਲਾਇਆ ਸੀ ਉਹਨਾਂ ਨੇ ਫਿਰ ਖਿਲਾਫ ਫਿਲਮ ਦੇ ਵਿੱਚ ਚੂੜਾ ਪਾਇਆ ਸੀ ਫਿਰ ਮੈਂ ਰਹੀ ਮੁਲਾਕਾਤ ਇਹੀ ਜਦੋਂ ਚੰਡੀਗੜ੍ਹ ਆਏ ਸੀ ਅਤੇ ਇਹ ਤਾਂ ਗੱਲ ਕੀਤੀ ਮਾਰੀ ਦੀ ਹੋਰ ਕਿਹੜੀਆਂ ਫਿਲਮੀ ਅਦਾਕਾਰ ਨੇ ਜਿਨ੍ਹਾਂ ਨੇ ਚੂੜਾ ਦਿੱਤਾ ਤੁਸੀਂ ਆਪਣੇ ਹੱਥ ਜਿਹੜਾ ਤਿਆਰ ਕਰਕੇ ਇਹ ਮਹਿਮਾਨ ਨੇ ਆਪਣੀ ਬੇਟੀ ਵਾਸਤੇ ਲੈ ਗਏ ਈਸ਼ਾ ਦਿਓਲ ਵਾਸਤੇ ਐਸ਼ਵਰ ਰਾਏ ਨੇ ਪਾਇਆ ਸੀ ਆਪਣੇ ਵਿਆਹ 'ਚ ਅਤੇ ਗਦਰ ਫਿਲਮ 'ਚ ਮਨੀਸ਼ਾ ਪਟੇਲ ਨੇ ਹੋਰ ਜਿਹੜੀਆਂ ਨਵੀਆਂ ਫਿਲਮਾਂ ਬਣ ਰਹੀਆਂ ਕੁਲਚਾ ਛੋਲੇ ਹੋਰ ਵੀ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਉਹਨਾਂ 'ਤੇ ਮੈਂ ਸਪੈਸ਼ਲ ਚੂੜਾ ਲੈ ਕੇ ਜਾਂਦਾ ਅਤੇ ਉਹ ਪਾਉਂਦੀਆਂ ਅਤੇ ਬਹੁਤ ਵਧੀਆ ਲੱਗਦਾ ਚੰਨਾ ਜੀ ਜਿਵੇਂ ਕਹਿੰਦੇ ਵੀ ਚੰਨਾ ਜੀ ਦੇ ਖਾਸ ਕਰ ਜਿਹੜੇ ਬਾਲੀਵੁੱਡ ਅਦਾਕਾਰ ਨੇ ਹੀਰੋ ਨੇ ਬਹੁਤ ਦੀਵਾਨੇ ਨੇ ਅਤੇ ਚੰਨਾ ਜੀ ਵੀ ਜਿਹੜੇ ਕਹਿੰਦੇ ਵੀ ਮਹਾਂਰਿਸ਼ੀ ਦੇ ਬਹੁਤ ਦੀਵਾਨੇ ਨੇ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਜਨਮ ਬਣਾਉਂਦੇ ਆ ਰਹੇ ਨੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਦੋਂ ਕੁਝ ਟਾਈਮ ਪਾ ਕੇ ਨਾ ਜਦੋਂ ਮਾਦਰੀ ਦੀ ਮੇਰੇ ਕੋਲ ਚਿੱਠੀ ਆਈ ਉਹਦੀ ਸਹੇਲੀ ਦਾ ਵਿਆਹ ਸੀ ਅਤੇ ਮੈਂ ਫਿਰ ਸਪੈਸ਼ਲ ਚੂੜਾ ਲੈ ਕੇ ਗਿਆ ਸਾਂ ਅਤੇ ਉਹ ਜਦੋਂ ਚੂੜਾ ਦਿੱਤਾ ਸਾਡਾ ਕੋਈ ਰਿਸ਼ਤੇਦਾਰ ਸੀ ਉਹ ਕਹਿੰਦਾ ਵੀ ਇੱਥੇ ਜਿਹੜਾ ਬੰਬਈ 'ਚ ਆਏ ਗਏ ਕਿ ਨਹੀਂ ਕੁਛ ਗੁਆ ਕੇ ਗਏ ਨੇ ਅਤੇ ਤੂੰ ਕੁਛ ਲੈ ਕੇ ਚੱਲਿਆ ਐਡੀ ਵੱਡੀ ਹੀਰੋ ਨੇ ਤੁਹਾਨੂੰ ਸਪੈਸ਼ਲ ਚਿੱਠੀ ਘਲਾਈ ਅਗਲੇ ਆਟੋਗ੍ਰਾਫ ਲੈਣ ਵਾਸਤੇ ਭੱਜ ਨੱਸ ਕਰਦੇ ਉਹਨਾਂ ਨੂੰ ਫਿਰ ਵੀ ਨਹੀਂ ਮਿਲਦਾ ਅਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਮੈਂ ਉਹਨਾਂ ਦੇ ਘਰ ਗਿਆ ਉਹਨਾਂ ਨੇ ਚੂੜਾ ਦਿੱਤਾ ਅਤੇ ਇਹਨਾਂ ਨਾਲ ਗੱਲਬਾਤ ਪਰਿਵਾਰ ਨਾਲ ਹੋਈ ਮੈਨੂੰ ਬਹੁਤ ਵਧੀਆ ਲੱਗਾ ਗੱਲ ਕਰੀ ਚੰਨਾ ਜੀ ਜੋ ਤੁਸੀਂ ਦੱਸ ਰਹੇ ਹੋ ਵੀ ਮਾਧਵ ਦੀਕਸ਼ਿਤ ਨੇ ਚਿੱਠੀ ਲਿਖੀ ਸੀ ਚਿੱਠੀ ਵਿੱਚ ਲਿਖਿਆ ਕੀ ਸੀ ਕੀ ਤੁਹਾਡੇ ਦਰਸ਼ਕਾਂ ਲਫਾਜ ਸਾਂਝੇ ਕਰ ਦਿਓ ਕੀ ਲਿਖਿਆ ਸੀ ਚਿੱਠੀ ਵਿੱਚ ਚਿੱਠੀ ਦੇ ਉੱਤੇ ਉਹ ਲਿਖਿਆ ਵੀ ਮੇਰੀ ਸਹੇਲੀ ਦਾ ਵਿਆਹ ਹੈਗਾ ਦੀਵਾਨੇ ਤਾਂ ਬੜੇ ਨੇ ਦੀਵਾਨਗੀ ਦੇ ਇੱਥੋਂ ਵੇਖਿਆ ਜਾਂਦਾ ਉਹ ਕਈ ਜਣੇ ਕਹਿੰਦੇ ਮੈਂ ਮਾਧੀ ਦਾ ਬਹੁਤ ਦੀਵਾਨਾ ਦੀਵਾਨਗੀ ਦਾ ਤਾਂ ਹੈਗਾ ਵੀ ਉਹਨੂੰ ਕੁਛ ਕਰਕੇ ਦਿਖਾਓ ਮੈਂ ਫਿਰ ਉਹਦੀ ਸਹੇਲੀ ਵਾਸਤੇ ਸਪੈਸ਼ਲ ਚੂੜਾ ਲੈ ਕੇ ਗਿਆ ਉਹਨੂੰ ਦਿਖਾਇਆ ਵੀ ਆਹ ਵੇਖੋ ਲੈ ਗਿਆ ਸਪੈਸ਼ਲ ਸਪੈਸ਼ਲ ਫਿਰ ਉਹਨਾਂ ਨੇ ਫੋਨ ਕੀਤਾ ਵੀ ਇਹ ਵੇਖੋ ਜਿਹੜਾ ਜਿਹੜਾ ਮੇਰਾ ਦੀਵਾਨਾ ਚੰਨਾ ਚੂੜੇ ਵਾਲਾ ਉਹ ਚੂੜਾ ਲੈ ਕੇ ਆਇਆ ਇਹਨੇ ਅਤੇ ਆਪਣਾ ਚੂੜਾ ਲੈ ਲਓ ਅਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਮੇਰੇ ਸਾਹਮਣੇ ਫੋਨ ਕੀਤਾ ਸੀ ਅਤੇ ਗੱਲ ਕਰੀਏ ਚੰਨਾ ਜੀ ਜਿਹੜਾ ਚੂੜਾ ਤੁਸੀਂ ਤਿਆਰ ਕੀਤਾ ਸੁਹਾਗ ਦਾ ਮਾਰਗਦਰਸ਼ਨ ਦਿੱਤਾ ਸੀ ਉਹ ਕੀ ਨਾਂ ਸੀ ਸੁਹਾਗ ਚੂੜੇ ਦਾ ਅਤੇ ਜਿਹੜਾ ਉਹਨਾਂ ਦੀ ਸਹੇਲੀ ਨੇ ਦਿੱਤਾ ਸੀ ਕੀ ਨਾਂ ਸੀ ਉਸ ਸੁਹਾਗ ਚੂੜੇ ਦਾ
ਉਦੋਂ ਬਾਈ ਬਾਈ ਚੂੜੀ ਚੱਲਦੀ ਲਾਲ ਕਾਲੀ ਬਿੰਦੀ ਸੀ ਵਿੱਚ ਡਿਜ਼ਾਇਨਿੰਗ ਹੋ ਜਾਂਦੀ ਸੀ ਚਮਕੀ ਵਾਲਾ ਕੱਟ ਵਾਲਾ ਮੈਂ ਦੋ ਡਿਜ਼ਾਇਨ ਲੈ ਗਿਆ ਸਾਂ ਉਹ ਅਜੇ ਵੀ ਮੈਨੂੰ ਕੋਈ ਗਾਹ ਕਹੇ ਨਾ ਵੀ ਬਣਾ ਕੇ ਦਿਓ ਅਤੇ ਮੈਂ ਬਣਾ ਸਕਦਾ ਉਹ ਹਰ ਕਾਰੀਗਰ ਨਹੀਂ ਬਣਾਇਆ ਨਾਲ ਕਿਸੇ ਨੂੰ ਜਾਂਚ ਹੈਗੀ ਆ ਗੱਲ ਕਰੀ ਚੰਨਾ ਜੀ ਅੰਮ੍ਰਿਤਸਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਬਹੁਤ ਜਿਹੜੇ ਕਿ ਸੁਹਾਗ ਦਾ ਚੂੜਾ ਤਿਆਰ ਕਰਦੇ ਨੇ ਚੰਨਾ ਚੂੜੇ ਦਾ ਅਜਿਹਾ ਕੀ ਤਿਆਰ ਕਰਦਾ ਜਿਹੜਾ ਸੁਹਾਗ ਦਾ ਚੂੜਾ ਜਿਹਦੇ ਕਿ ਬੋਲੀਵੁੱਡ ਦੇ ਜਿਹੜੇ ਕਿ ਸਿਤਾਰੇ ਜਿਹੜੇ ਫੈਨ ਹੋ ਜਾਂਦੇ ਨੇ ਅਜਿਹਾ ਕੀ ਜਾਣ ਪਾ ਦਿੰਦੇ ਨੇ ਸੁਹਾਗ ਚੂੜੇ 'ਚ ਦੇਖੋ ਆਪਣੇ ਆਪਣੇ ਕਰਮ ਹੁੰਦੇ ਨੇ ਮੇਰੇ ਕਰਮ ਮੇਰੇ ਨਾਲ ਦੂਜੇ ਕਰਮ ਉਹਦੇ ਨਾਲ ਆ ਮੇਰੇ ਕਰਮ ਹੈਗੇ ਨੇ ਵੀ ਕੋਈ ਚੰਗਾ ਪਰਮਾਤਮਾ ਨਾਲ ਮੈਨੂੰ ਬਖਸ਼ ਹੋਈ ਅਤੇ ਮੈਂ ਇਸ ਤਰ੍ਹਾਂ ਇਸ ਲੈਣ ਮੇਰੀ ਬਦਲੀ ਹੈ ਅਤੇ ਮੈਂ ਉਹਨਾਂ ਨੂੰ ਮਿਲਣ ਡਿਆ ਜੋ ਮੈਂ ਮਾਧ ਜਾਂ ਦੀਵਾਨਾ ਵੇਖੋ ਐਡੇ ਵੱਡੀਆਂ ਹੀਰੋ ਜਿਹੜੀਆਂ ਮੈਨੂੰ ਮਿਲਦੀਆਂ ਐਸ਼ਵਰਿਆ ਹੇਮਾ ਮਾਲਿਨੀ ਗਦਰ ਵਾਲੀ ਉਹ ਮੇਰੀ ਦੀਵਾਨੀ ਹੈਗੀਆਂ ਕਾਫੀ ਜਣੇ ਮੇਰੇ ਦੀਵਾਨੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਹੀਰੋ ਹੈਗੀਆਂ ਨਵੀਆਂ ਉਹ ਵੀ ਮੇਰੀਆਂ ਦੀਵਾਨੀਆਂ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਨਾਲ ਬਹਿ ਕੇ ਗੱਲਬਾਤ ਕਰਦੇ ਨੇ ਫੋਟੋ ਖਿਚਾਉਂਦੇ ਨੇ ਉਹ ਕਹਿੰਦੇ ਜਦੋਂ ਸਾਡਾ ਵੀ ਨਾਂ ਹੋਏਗਾ ਤੁਹਾਡਾ ਚੂੜਾ ਪਾ ਕੇ ਅਤੇ ਮੈਨੂੰ ਵੀ ਬਹੁਤ ਵਧੀਆ ਲੱਗੇਗਾ ਵੀ ਚੰਨਾ ਚੂੜੇ ਵਾਲੇ ਦਾ ਚੂੜਾ ਪਾਇਆ ਮੈਂ ਠੀਕ ਹੈ ਅਤੇ ਗੱਲ ਕਰੀ ਚੰਨਾ ਜੀ ਸ਼ੁਰੂਆਤ ਕਿਉਂ ਕੀਤੀ ਸੀ ਚੰਨਾ ਜੀ ਨੇ ਸੁਹਾਗ ਦਾ ਚੂੜਾ ਤਿਆਰ ਕਰਨ ਵਿੱਚ ਅਤੇ ਕਿੰਨੀ ਉਮਰ ਸੀ ਜਦੋਂ ਤੁਸੀਂ ਜਿਹੜਾ ਚੂੜਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਮਿਹਨਤ ਕਿੰਨੀ ਕੀਤੀ ਜ਼ਿੰਦਗੀ ਵਿੱਚ ਦੇਖੋ ਮੈਂ 12 ਕੁ ਸਾਲਾਂ ਦਾ ਉਹੀ ਉਮਰ ਹੁੰਦੀ ਖੇਡਣ ਵਾਸਤੇ ਅਸੀਂ ਸਾਡੇ ਘਰ 'ਚ ਗਰੀਬੀ ਬਹੁਤ ਸੀ ਛੋਟੇ ਨੇ ਮੈਨੂੰ ਪਾਤਾ ਕੰਮ 'ਤੇ ਚਲੋ ਖੇਡਦੇ ਰਹੇ ਹਾਂ ਕੰਮ ਵੀ ਕਰਦੇ ਰਹੇ ਚਵਾਨੀ ਰੋਜ਼ ਦੀ ਮਿਲਦੀ ਹੁੰਦੀ ਸੀ ਅਸੀਂ ਚਵਾਨੀ ਮਿਲਦੀ ਬੜੇ ਖੁਸ਼ ਹੋਈਦਾ ਸੀ ਅਤੇ 5 ਸਾਲ ਮੈਂ ਕੰਮ 'ਤੇ ਲਾਏ ਨੇ ਅਤੇ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਫਿਰ ਮੇਰੀ ਸੈਟਿੰਗ ਹੋ ਗਈ ਹੌਲੀ ਹੌਲੀ ਫਿਰ ਚੜ੍ਹਦੀ ਕਲਾ ਹੋ ਗਈ ਫਿਰ ਉਸ ਤੋਂ ਬਾਅਦ ਮਾਧੀ ਜੀ ਨਾਲ ਮੁਲਾਕਾਤ ਹੋ ਗਈ ਚੱਲ ਸੋ ਚੱਲ ਮੇਰਾ ਨਾਂ ਹੋ ਗਿਆ ਗੱਲ ਕਰੀਏ ਮਾਧੀ ਦੀ ਕਹਿੰਦੇ ਵੀ ਮਾਧੀ ਦੇ ਬੜੇ ਵੱਡੇ ਤੁਸੀਂ ਦੀਵਾਨੇ ਰਹੇ ਅਸੀਂ ਬੜੇ ਬੜੇ ਦੀਵਾਨੇ ਵੇਖੇ ਪਰ ਤੁਹਾਡੇ ਅੱਗੇ ਦੀਵਾਨਾ ਨਹੀਂ ਦੇਖਿਆ ਮਾਧ ਦੀਕਸ਼ਿਤ ਨੂੰ ਬੰਬੇ ਤੱਕ ਜਿਹੜਾ ਤੁਸੀਂ ਸੁਹਾਗ ਦਾ ਚੂੜਾ ਦੇਣ ਵਿੱਚ ਚਲ ਗਏ ਸੀ ਅਤੇ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਉਹਨਾਂ ਦਾ ਜਿਹੜਾ ਜਨਮਦਿਨ ਜੇ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਹੋ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਵੇਖੋ ਇਹ ਤਾਂ ਜਿਹੜਾ ਜਨਮਦਿਨ ਮਨਾ ਰਹੇ ਹਾਂ ਨਾ ਇਹ ਤਾਂ ਬਹੁਤ ਵਧੀਆ ਮੈਨੂੰ ਲੱਗਦਾ ਕਿ ਸਾਡਾ ਕੋਈ ਰਿਸ਼ਤੇਦਾਰ ਸੀ ਬਜ਼ੁਰਗ ਕਹਿੰਦਾ ਵੇਖੋ ਐਡੀ ਵੱਡੀ ਤੁਹਾਨੂੰ ਹੀਰੋ ਨੇ ਤੁਹਾਨੂੰ ਬੰਬਈ ਸੱਦਿਆ ਅਤੇ ਤੁਸੀਂ ਤਾਂ ਹਰ ਸਾਲ ਜਨਮਦਿਨ ਮਨਾਓਗੇ ਤੁਹਾਡਾ ਵੇਖੋ ਕਿੰਨਾ ਨਾਂ ਹੋਏਗਾ ਕਹਿੰਦਾ ਭਾਵੇਂ ਛੋਟਾ ਜਿਹਾ ਕੇਕ ਲਿਆ ਕੇ ਉਹਦੀ ਫੋਟੋ ਲਾ ਕੇ ਰੱਖ ਕੇ ਉਹ ਜਨਮਦਿਨ ਮਨਾ ਲਓ ਅਤੇ ਬਹੁਤ ਵਧੀਆ ਲੱਗੇ ਮੈਂ ਛੋਟਾ ਜਿਹਾ ਕੇਕ ਲਿਆ ਕੇ ਕਰਦਾ ਅੱਜ ਤਾਂ ਮੈਂ 10 ਪਾਉਂਡ ਦਾ ਕੇਕ ਲਿਆ ਕੇ ਜਿੰਨੇ ਵੀ ਕਲਾਕਾਰਾਂ ਨੂੰ ਸੱਦਦਾ ਅਤੇ ਉਹਨਾਂ ਨੂੰ ਪਾਰਟੀ ਕਰੀ ਦੀ ਬਹੁਤ ਵਧੀਆ ਲੱਗਦਾ ਮੈਨੂੰ ਗੱਲ ਕਰੀ ਚੰਨਾ ਜੀ ਇੱਕ ਸਧਾਰਨ ਪਰਿਵਾਰ 'ਚ ਜਨਮ ਲਿਆ ਚੰਨਾ ਜੀ ਨੇ ਇੱਕ ਆਮ ਪਰਿਵਾਰ 'ਚ ਜਿੱਥੇ ਕਿ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਅੱਜ ਚੰਨਾ ਚੂੜੇਵਾਲ ਦਾ ਜਿਹੜਾ ਨਾਂ ਆ ਵਰਲਡ ਫੇਮਸ ਹੋ ਗਿਆ ਦੇਸ਼ਾਂ ਦੇਸ਼ਾਂ 'ਚ ਤੁਹਾਡਾ ਹੱਥ ਦਾ ਬਣਾਇਆ ਜਿਹੜਾ ਸੁਹਾਗ ਚੂੜਾ ਜਾਂਦਾ ਵਾ ਬੋਲੀਵੁੱਡ ਅਦਾਕਾਰ ਦੀ ਗੱਲ ਕਰੀਏ ਬੋਂਬੇ ਦਾ ਤੁਹਾਡਾ ਨਾਂ ਆ ਅਤੇ ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਤੁਹਾਡਾ ਜ਼ਿਕਰ ਹੁੰਦਾ ਵਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਉੱਥੇ ਤੁਹਾਡਾ ਨਾਂ ਲਿਆ ਜਾਂਦਾ ਵਾ ਕਪਿਲ ਸ਼ਰਮਾ ਦਾ ਵਿਆਹ ਸੀ ਜੋ ਮੈਨੂੰ ਵਿਆਹ 'ਤੇ ਸੱਦਿਆ ਸੀ ਕਪਿਲ ਸ਼ਰਮਾ ਦਾ ਉਹਨੂੰ ਮੈਂ ਵਧਾਈ ਵੀ ਦਿੱਤੀ ਅਤੇ ਕਪਿਲ ਸ਼ਰਮਾ ਕਹਿੰਦੇ ਠੀਕ ਹੈ ਜੀ ਮੈਨੂੰ ਵਧਾਈ ਦਿੱਤੀ ਚੰਨਾ ਜੀ ਬਹੁਤ ਵਧੀਆ ਅਤੇ ਗੱਲਾਂ ਪਤਾ ਚੱਲ ਪਈਆਂ ਮੈਂ ਜਦੋਂ ਤੁਹਾਡਾ ਨਵਾਂ ਚੈਨਲ ਆਏਗਾ ਨਵਾਂ ਸ਼ੋਅ ਹੋਏਗਾ ਅਤੇ ਜਦੋਂ ਮਾਧਰੀ ਆਏਗੀ ਤਾਂ ਮੇਰਾ ਜ਼ਿਕਰ ਜ਼ਰੂਰ ਕਰਿਓ ਕਹਿੰਦਾ ਜ਼ਰੂਰ ਮੈਂ ਨਹੀਂ ਕਹਿੰਦਾ ਵਿਆਹ ਕਰਾ ਕੇ ਬੰਦਾ ਭੁੱਲ ਜਾਂਦਾ ਕਹਿੰਦਾ ਨਹੀਂ ਚੰਨਾ ਜੀ ਤੁਹਾਡੀ ਗੱਲ ਮੈਂ ਪੱਲੇ ਬੰਨ ਲਈ ਮੈਂ ਜ਼ਰੂਰ ਗੱਲ ਕਰਾਂਗਾ ਵਾਕਈ ਉਹਨੇ ਕਰਕੇ ਦਿਖਾਈ ਆ ਕਪਿਲ ਸ਼ਰਮਾ ਦਾ ਮੈਂ ਤਾਂ ਦਿਨ ਨਹੀਂ ਦੇ ਸਕਦਾ ਚੰਨਾ ਜੀ ਕਿੰਨਾ ਕੁ ਮਨ ਨੂੰ ਚੰਗਾ ਲੱਗਾ ਸੀ ਜਦੋਂ ਕਪਿਲ ਸ਼ਰਮਾ ਤੁਸੀਂ ਸ਼ੋਅ ਵੇਖਦੇ ਸੀ ਜਦੋਂ ਸ਼ੋਅ ਦੇ ਵਿੱਚ ਤੁਹਾਡਾ ਨਾਂ ਲਿਆ ਗਿਆ ਵੀ ਮਾਧੀ ਦਿਕਸ਼ ਨੂੰ ਕਿਹਾ ਗਿਆ ਵੀ ਤੁਹਾਡਾ ਇੱਕ ਫੈਨ ਹੈ ਅੰਮ੍ਰਿਤਸਰ ਸਰਦਾਰ ਚੰਨਾ ਚੂੜੇ ਵਾਲਾ ਉਦੋਂ ਮਨ 'ਚ ਕਿੰਨਾ ਕੁ ਚੰਗਾ ਲੱਗਾ ਜਦੋਂ ਵਰਲਡ ਫੇਮਸ ਲੱਖਾਂ ਦੁਨੀਆ ਦੇਖਦੀ ਹੋਵੇ ਸ਼ੋਅ ਨੂੰ ਅਤੇ ਤੁਹਾਡਾ ਜ਼ਿਕਰ ਹੋਇਆ ਉਸ 'ਤੇ ਜਦੋਂ ਸ਼ੋਅ ਦੇ ਨਾਂ ਲਿੱਤਾ ਨਾ ਲੁਧਿਆਣੇ ਜਲੰਧਰ ਬੜੀ ਜਿਹੜੀਆਂ ਮੇਰੀਆਂ ਪਾਰਟੀਆਂ ਸੀ ਉਹਨਾਂ ਨੇ ਖੁਦ ਰਾਤ ਨੂੰ ਮੈਨੂੰ 11 ਵਜੇ ਨਾਲ ਫੋਨ ਕੀਤਾ ਚੰਨਾ ਜੀ ਤੁਹਾਡਾ ਕਪਿਲ ਸ਼ਰਮਾ ਨਾਂ ਲੈ ਰਿਹਾ ਜੇ ਮਾਧਰੀ ਦੇ ਨਾਂ ਦੇ ਤੁਸੀਂ ਉਹਦਾ ਜਨਮਦਿਨ ਮਨਾ ਰਹੇ ਮੈਂ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਜਿਹੜੇ ਇਹ ਪਤਾ ਨਹੀਂ ਕਿੰਨੇ ਕੁ ਫੋਨ ਮੈਨੂੰ ਆ ਗਏ ਸਭ ਤੋਂ ਵਧੀਆ ਮੈਨੂੰ ਖੁਸ਼ੀ ਹੋਈ ਵੀ ਵੇਖੋ ਆਹ ਵਰਲਡ 'ਚ ਮੇਰਾ ਕਪਿਲ ਸ਼ਰਮਾ ਨੇ ਨਾਂ ਕਰਤਾ ਬਹੁਤ ਵਧੀਆ ਸਮਾਜ ਸੇਵੀ ਦੀ ਗੱਲ ਕਰੀਏ ਹੁਣ ਤੱਕ ਕਿੰਨੇ ਕੁ ਸਮਾਜ ਸੇਵੀ ਦੇ ਕੰਮ ਕਰ ਚੁੱਕੇ ਹੋ ਅਤੇ ਕਿੱਥੇ ਕਿੱਥੇ ਲੋਕਾਂ ਦੇ ਜਿਹੜੇ ਭਲਾਈ ਦੇ ਕੰਮ ਕੀਤੇ ਹੋਣ ਚੰਨਾ ਜੀ ਨੇ ਅੰਦਰ ਵੇਖੋ ਬਾਬਾ ਮੱਕਰ ਸਿੰਘ ਸੀ ਉਹਨਾਂ ਨੇ 11 ਗਿਣਤੀ 'ਚ ਵਿਆਹ ਕੀਤੇ ਸਭ ਤੋਂ ਪਹਿਲਾਂ ਉਹਨਾਂ ਨੇ 2096 ਦੇ ਵਿੱਚ ਉਹਨਾਂ ਨੇ ਕੰਪਨੀ ਬਾਗ 114 ਵਿਆਹ ਕੀਤੇ 2100 ਪਤਾ ਨਹੀਂ 150 ਕਿੰਨੇ ਵਿਆਹ ਕੀਤੇ ਉਹਨਾਂ ਨਾਲ ਮੈਨੂੰ 32 ਸਾਲ ਹੋ ਚੱਲੇ ਜੁੜਿਆ ਨੂੰ ਅਤੇ ਉਹਨਾਂ ਨੇ ਜਿੱਥੇ ਜਿੱਥੇ ਵਿਆਹ ਕੀਤੇ ਮੈਂ ਜਾਂਦਾ ਰਿਹਾ ਸੇਵਾ ਕਰਦਾ ਰਿਹਾ ਅਤੇ ਹੁਣ ਜ਼ਿਆਦਾ ਦੁਨੀਆਂ 'ਤੇ ਚੱਲ ਗਏ ਨੇ ਅਤੇ ਗੱਲ ਕਰੀ ਚੰਨਾ ਜੀ ਇੰਨੇ ਜਿਹੜੇ ਵੱਡੇ ਕਲਾਕਾਰਾਂ ਨੂੰ ਇੰਨੀ ਵੱਡੀ ਹੀਰੋ ਨੂੰ ਤੁਸੀਂ ਚੂੜਾ ਦੇ ਚੁੱਕੇ ਹੋ ਸੁਹਾਗ ਦਾ ਅਤੇ ਗੱਲ ਕਰੀਏ ਸੁਹਾਗ ਦੇ ਚੂੜੇ ਦੀ ਕੀ ਨਾਂ ਹੁੰਦਾ ਸੁਹਾਗ ਦੇ ਚੂੜਿਆਂ ਦਾ ਅਤੇ ਅੱਜ ਕੱਲ੍ਹ ਕੀ ਜਿਹੜਾ ਕਿਉਂ ਅੱਜ ਕੱਲ੍ਹ ਕਿਹੜਾ ਜਿਹੜਾ ਸੁਹਾਗ ਦਾ ਚੂੜਾ ਚੱਲਦਾ ਵਾ ਅਤੇ ਜੇ ਗੱਲ ਕਰੀਏ
की ना रखे गए तो मेहनत किन्नी लगती तैयार करने यह जो स्पैशल चूड़ा होंगे ना इन घटो घट तीन चार दिन लगते हैं। यह कुंदन वाला कुंदन रानी कलर जे ये रंग बड़े मुश्किल बनाना पैंता इन्हें धुप्पे नहीं रंगना धुप्पे रंगा रंग फेड हो जाएगा इन छावे रंगना पैंता। तो जो अजक लाल मरून यो चलता जो बाकी तो डिजाइन है वो एक जिता शौकी तौर पर पा लेंदी कुड़ी वह नहीं ठीक है। ये नागवारी तो बिंदी वाली चूड़ी जी जरूर चाहिए आ ये निशानी प लगती भी है सुहाग चूड़ा। ठीक है तो चंदा जी तैयार किस तरह दर्शकों को दस दौ क्योंकि हर एक पता नहीं होना भी यह तैयार किन्ना क होंगे वा किस तरह तैयार होंगे मेहनत कि लगती है तो इस सैट में कि जो स्वाद चूड़िया होंगे ये होंगे बत्ती चूड़िया होंगे जी। आ जो प्लास्टिक देख रहे जी ना ये दिल्लियों अं दाना ले दबल तो अमृतसर लेदा उपर मेरे प्रेस लगी है वो पीस बन जाता फिर उन्होंने रंगी दा जे तो कटाई थले करी दी जे डिजाइनिंग भी थले करी दी जे। चंदा जी परिवार की गल करिए परिवार कि सहयोग है ना जो तुम चूड़ा तैयार करते हो परिवार वाले भी नाले ना मेहनत करते कि कल तैयार करते हो? नहीं परिवार ही मेरा लगे रहा बेटी भी हैप्पी भी लगा रहा घर के भी लगे रहते सारे जने लगे रही बहुत वधिया लगता जो एक दूजे हथी हथी करके काम वधा के बन बुन के तैयार करके रखी चाहिए। चंदा जी सुपना की हूँ चंदा जी का क्योंकि वर्ल्ड फेमस ना हो चुका वा हर कि दिलों धड़कन बन चुके हो कि हजे की सुपना रह गया चेन्नई का? हूँ एक सुपना है जो मैं 28 साल हो चले जो मैं माधुरी हाथ गिफ्ट बनाया तो मैं माधुरी भी कह रहा जी भी अपना जोड़ा गिफ्ट जरा बहुत जल्दी मेरे को ले लैन तो मैं बहुत खुशी होएगी जो मेरा गिफ्ट तू मिल जाएगा तो परमात्मा वालों तो मेरे वालों बहुत वधिया लगेगा। चंदा जी दर्शकों दस दो गिफ्ट की रखा वा जो 28 साल तो पिछले सामक रखे वा कि गिफ्ट की है स्पैशल की रखा माधुरी दीक्षित जी वास्ते? देखो वो जो मैं चूड़ा बनाया ना वो तो काफ़ी मैं मेहनत लाई है वो अंदर वायरिंग यहोजी की उन्हें घट्टो घट्ट तीन चार महीने लगे ने साढ़े एक दिमाग के नाल सैटिंग यहोजी की बल्ब करंट भी गाने भी लगते शब्द भी ला लो जो मर्जी ला लो वो हर जना नहीं बना सकता। ठीक है जी वो चीज़ एक स्पैशल बनाई जी वो जो तो मैं कपिल शर्मा शो च दवागा ना जो जड़िया पुरानी हीरो है होर भी है ने वो मेरे दीवाने बन जाएंगे बाकी भी कि 28 साल हो चले सामी चीज़ को जी अज दे रहे हैं। बिल्कुल जी तो चंदा जी जाने वाले दर्शकों की स्नेहा देना चाहोगे जो दर्शक तुम देख रहे देशों विदेशों से की अपील करना चाहोगे उन्होंने? मैं कहना उन्होंने धन्यवाद करता भी जो कुड़ी का विआह है तो अपने तो स्पैशल तुम मेरे को नहीं आ सकते तो कोरिया राही मैं चिट्ठी पा दो मैं कोरिया राही मैं तुम चूड़ा खिला दाँगा एक अपना मेचा दे देने गुट का तो कलाई का तो वो सैटिंग पूरी करके अं चूड़ा स्पैशल खिला देंगे तो सानू कोई लालच नहीं गा भी अं ज़्यादा पैसे लेने ने सिर्फ अपनी मेहनत लवेंगे। ठीक है बहुत बहुत धन्यवाद जी। इस गलबात थी गुरचरण सिंह चन्ना जिहड़ा कि चन्ना चूड़े वाला तुसीं देखिया कि गुरचरण सिंह चन्ना चूड़े वाले हाथे बनाए हैं जिहड़े सुहाग दे चूड़े ने बॉलीवुड दे जिहड़े अदाकार ने फिल्मी वो जिहड़े फैन ने तुसीं देखिया कि वड्डी वड्डी फिल्मी अदाकार जिहड़े कि इस इन्हां दे हाथे दे बनाए जिहड़े सुहाग दे चूड़े फिल्मां च पा के उन्होंने जिहड़ा रोल किया वा ते विआह शादियां विच जिहड़ा उन्होंने पाया वा अते चन्ना जिहड़ा दीवाने ने उन्होंने दस्सिया कि माधुरी दीक्षित दे बड़े वड्डे दीवाने ने पिछले कई सालों तो जिहड़ा कि उन्होंने जन्मदिन मनाते आ रहे हैं तो माधुरी दीक्षित वास्ते उन्होंने एक बड़ा वधिया जिहड़ा सुहाग का चूड़ा रखा वा जिहड़ा कि पिछले 28 सालों तो उन्होंने सुपना वा भी जो कि मेल स्वाब होगा माधुरी दीक्षित नाल अते उह जिहड़ा उन्होंने गिफ्ट है जरूर देना वा साडे भी दर्शकों को अपील है तो खास करके माधुरी दीक्षित नूं जेकर साडी खबर देखदे होए एक बार जिहड़ा कि चन्ना चूड़े वाला जरूर संपर्क करे क्योंकि उन्होंने बड़े वड्डे फैन ने फैन तुसीं बहुत देखे होणगे दीवाने बड़े देखे होंगे पर चन्ना चूड़े का जिहड़ा दीवाना तुसीं कदे नहीं देखिया होगा। मैनू दिओ इजाजत मैं तुहाडा अपना हरजीत गरेवाल अमृतसर तों।